ਨਰਸ ਦੇ ਨਾਲ 35 ਸਾਲਾਂ ਦਾ ਜਿਹੜਾ ਰਿਸ਼ਤਾ ਤੋੜਨ ਲੱਗਿਆ ਤੁਸੀਂ ਕਿੰਨੀ ਕੁ ਪੀੜਾ ਚੋਂ ਮਤਲਬ ਗੁਜ਼ਰੇ ਹੋ ਪੀੜਾ ਚੋਂ ਤਾਂ ਮੈਂ ਪਿਛਲੇ 5 ਕੁ ਮਹੀਨਿਆਂ ਤੋਂ ਗੁਜ਼ਰ ਰਿਹਾ ਸੀ ਉਸ ਮੀਟਿੰਗ ਦੇ ਵਿੱਚ ਮੇਰੇ ਖਿਲਾਫ ਨਾਰੇਬਾਜ਼ੀ ਕਰਾਈ ਗਈ ਉਹ ਵੀ ਪਵਨ ਬਾਂਸਲ ਦੀ ਹਾਜ਼ਰੀ ਦੇ ਵਿੱਚ ਉਹ ਵੀ ਸੋ ਕਾਲਡ ਲੀਡਰਾਂ ਤੋਂ ਬੁਲਵਾਇਆ ਗਿਆ ਤੁਹਾਨੂੰ ਪਾਰਟੀ ਕਹਿੰਦੀ ਆ ਵੀ ਤੁਸੀਂ MP ਦੀ ਚੋਣ ਲੜੋ ਅਤੇ ਤੁਸੀਂ ਲੜਦੇ ਹੋ ਤਾਂ ਮੰਨ ਲਿਆ ਜਾਵੇ ਕਿ ਗੁਰੂ ਚੇਲੇ ਦੀ ਲੜਾਈ ਦੇਖਣ ਨੂੰ ਮਿਲੇ ਗੁਰੂ ਕੌਣ ਜੀ ਮੈਂ ਤਾਂ ਕਦੇ ਕਿਸੇ ਨੂੰ ਗੁਰੂ ਮੰਨਿਆ ਨਹੀਂ ਰਾਜਨੀਤੀ 'ਚ ਮੇਰਾ ਕੋਈ ਗੁਰੂ ਨਹੀਂ ਚੰਡੀਗੜ੍ਹ ਦੀ ਸਿਆਸਤ ਦਾ ਇੱਕ ਸਮੁੱਚਾ ਚਿਹਰਾ ਰਹੇ ਪ੍ਰਦੀਪ ਛਾਬੜਾ ਜੀ ਜਿਹੜੇ ਕਾਂਗਰਸ ਪਾਰਟੀ ਛੱਡ ਕੇ ਆਮ ਆਦਮੀ ਪਾਰਟੀ ਦੇ ਵਿੱਚ ਸ਼ਾਮਿਲ ਹੋਏ ਨੇ ਅਤੇ ਅੱਜ ਸਾਡੇ ਪ੍ਰਵਾਸੀ ਦੇ ਸਟੂਡੀਓ ਆਏ ਨੇ ਆਪਾਂ ਜਿੱਥੇ ਉਹਨਾਂ ਦਾ ਆਉਣ ਦਾ ਆਉਣ 'ਤੇ ਧੰਨਵਾਦ ਕਰਦੇ ਹਾਂ ਉੱਥੇ ਹੀ ਉਹਨਾਂ ਦੇ ਨਾਲ ਕੁਛ ਗੱਲਾਂ ਬਾਤਾਂ ਦਾ ਜਿਹੜਾ ਦੌਰ ਆ ਸਿਲਸਿਲਾ ਆਪਾਂ ਉਹਨਾਂ ਦੇ ਨਾਲ ਉਹਦੀ ਸਾਂਝ ਪਾਵਾਂਗੇ ਪ੍ਰਦੀਪ ਛਾਬੜਾ ਜੀ ਸਭ ਤੋਂ ਪਹਿਲਾਂ ਤਾਂ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਤੁਸੀਂ ਪ੍ਰਵਾਸੀ ਦੇ ਸਟੂਡੀਓ ਆਏ ਸਾਨੂੰ ਵਕਤ ਦਿੱਤਾ ਬਹੁਤ ਬਹੁਤ ਧੰਨਵਾਦ ਜੀ ਪ੍ਰਵਾਸੀ TV ਅਤੇ ਉਹਨਾਂ ਦੇ ਸਾਰੇ ਦਰਸ਼ਕਾਂ ਦਾ ਔਰ ਤੁਹਾਡਾ ਖਾਸ ਕਰ ਕਿ ਤੁਸੀਂ ਮੈਨੂੰ ਮੌਕਾ ਦਿੱਤਾ ਜੀ ਕਿ ਮੈਂ ਪੂਰੇ ਵਰਲਡ ਦੇ ਵਿੱਚ ਜੀ ਤੁਸੀਂ ਹੁਣ ਦਿਖਾਓਗੇ ਜੀ ਅਤੇ ਕੋਸ਼ਿਸ਼ ਕਰਾਂਗਾ ਕਿ ਬਿਲਕੁਲ ਸੱਚ ਦੇ ਉੱਪਰ ਜਿੱਦਾਂ ਮੈਂ ਆਪਣੀ ਰਾਜਨੀਤੀ ਕੀਤੀ ਉਸੇ ਤਰੀਕੇ ਨਾਲ ਤੁਹਾਡੇ ਸਵਾਲਾਂ ਦੇ ਜਵਾਬ ਦਿਆਂ ਜੀ ਤੁਸੀਂ ਮੇਅਰ ਤੋਂ ਲੈ ਕੇ ਕਾਂਗਰਸ ਦੀ ਪ੍ਰਧਾਨ ਤੱਕ ਦਾ ਸਫ਼ਰ ਤੈਅ ਕੀਤਾ ਤਾਂ ਇਹ ਕਾਂਗਰਸ ਦੇ ਨਾਲ 35 ਸਾਲਾਂ ਦਾ ਜਿਹੜਾ ਰਿਸ਼ਤਾ ਤੋੜਨ ਲੱਗਿਆ ਤੁਸੀਂ ਕਿੰਨੀ ਕੁ ਪੀੜਾ 'ਚੋਂ ਮਤਲਬ ਗੁਜ਼ਰੇ ਹੋ ਪੀੜਾ 'ਚੋਂ ਤਾਂ ਮੈਂ ਪਿਛਲੇ 5 ਕੁ ਮਹੀਨਿਆਂ ਤੋਂ ਗੁਜ਼ਰ ਰਿਹਾ ਸੀ ਜੀ ਲੇਕਿਨ ਕੋਈ ਐਡਾ ਦਰਦ ਨਹੀਂ ਹੋਇਆ ਉਸ ਪੀੜਾ ਦਾ ਮੈਨੂੰ ਉਹਦਾ ਕਾਰਨ ਹੈ ਜੀ ਕਿ ਜਦੋਂ ਤੁਹਾਡੇ ਮਾਨ ਸਨਮਾਨ ਜਦੋਂ ਤੁਹਾਡੇ ਆਤਮ ਸਨਮਾਨ ਦੇ ਵਿੱਚ ਤੋਂ ਠੇਸ ਲੱਗਦੀ ਹੈ ਤਾਂ ਅੱਜ ਕੱਲ੍ਹ ਬੱਚੇ ਵੀ ਮਾਂ ਬਾਪ ਨੂੰ ਛੱਡ ਦਿੰਦੇ ਮਾਂ ਬਾਪ ਵੀ ਬੱਚਿਆਂ ਨੂੰ ਛੱਡ ਦਿੰਦੇ ਆ ਜਿੱਥੇ ਤੁਹਾਡੀ ਇੱਜ਼ਤ ਨਹੀਂ ਹੈ ਇੱਕ ਫਾਰਮਰ ਪ੍ਰੈਜੀਡੈਂਟ ਦੀ ਇੱਜ਼ਤ ਨਹੀਂ ਹੋਏਗੀ ਜਿਸ ਭਵਨ ਦੇ ਵਿੱਚ ਮੈਂ 6 ਸਾਲ ਬੈਠਾ ਹੋਊਂਗਾ ਉੱਥੇ ਮੇਰੇ ਖਿਲਾਫ ਨਾਅਰੇਬਾਜ਼ੀ ਹੋਏਗੀ ਉਹ ਵੀ ਪਵਨ ਬੰਸਲ ਜੀ ਵਰਗੇ ਸੀਨੀਅਰ ਲੀਡਰ ਦੀ ਹਾਜ਼ਰੀ ਦੇ ਵਿੱਚ ਜਿੱਥੇ ਮੇਰੇ ਪਰਿਵਾਰ 'ਤੇ ਗੱਲਾਂ ਕੀਤੀਆਂ ਜਾਣਗੀਆਂ ਔਰ ਸੋ ਕਾਲਡ ਲੀਡਰਾਂ ਦੁਆਰਾ ਜਿਹੜੇ ਬਾਹਰ ਆਪ ਤਾਂ ਨਿਕਲਦੇ ਨਹੀਂ ਤਾਂ ਤੁਹਾਨੂੰ ਕੁਛ ਨਾ ਕੋਈ ਫੈਸਲਾ ਸਖ਼ਤ ਫੈਸਲਾ ਲੈਣ ਲਈ ਮਜਬੂਰ ਹੁੰਦਾ ਉਹਦੇ ਵਿੱਚ ਔਰ ਉਹ ਸਖ਼ਤ ਫੈਸਲਾ ਮੈਂ ਲਿਆ ਔਰ ਮੈਂ ਆਮ ਆਦਮੀ ਪਾਰਟੀ ਨੂੰ ਜੁਆਇਨ ਕਰਨ ਦਾ ਫੈਸਲਾ ਕੀਤਾ ਕਿਉਂਕਿ ਮੇਰੀ ਵਿਚਾਰਧਾਰਾ ਅਤੇ ਆਮ ਆਦਮੀ ਪਾਰਟੀ ਦੀ ਵਿਚਾਰਧਾਰਾ ਲਗਭਗ ਮਿਲਦੀ ਸੀ ਉਹਦਾ ਕਾਰਨ ਸੀ ਕਿ ਉਹ ਵੀ ਦੇਸ਼ ਸੇਵਾ ਦੇ ਵਿੱਚ ਹੈ ਅਰਵਿੰਦ ਕੇਜਰੀਵਾਲ ਜੀ ਔਰ ਉਹਨਾਂ ਦੀ ਪੂਰੀ ਟੀਮ ਔਰ ਦੂਸਰੀ ਗੱਲ ਜਨਤਾ ਦੀ ਸੇਵਾ 'ਚ ਔਰ ਮੇਰਾ ਇੱਕੋ ਟਾਰਗੇਟ ਰਾਜਨੀਤਿਕ ਕਰਨ ਦਾ ਮੇਰਾ ਮਿਸ਼ਨ ਇੱਕੋ ਸੀ ਕਿ ਮੈਂ ਦੇਸ਼ ਦੇ ਪ੍ਰਤੀ ਸਮਰਪਿਤ ਹਾਂ ਔਰ ਜਨਤਾ ਦੀ ਸੇਵਾ ਬਿਲਕੁਲ ਇਮਾਨਦਾਰੀ ਨਾਲ ਮਿਹਨਤ ਨਾਲ ਵਫਾਦਾਰੀ ਨਾਲ ਤਨਦੇਹੀ ਨਾਲ ਜਿੰਨਾ ਵੀ ਮੈਂ ਕਰ ਸਕਦਾ ਮੈਂ ਕਰਾਂ ਕਿਸੇ ਖਾਸ ਵਿਅਕਤੀ ਨੂੰ ਲੀਡਰ ਨੂੰ ਇਸ ਲਈ ਜ਼ਿੰਮੇਵਾਰ ਮੰਨਦੇ ਹੋ ਕਿ ਤੁਹਾਨੂੰ ਆਪਣੀ ਮਾਂ ਪਾਰਟੀ ਛੱਡਣੀ ਪਈ ਯੈਸ ਬਿਲਕੁਲ ਲੀਡਰ ਹੀ ਜ਼ਿੰਮੇਵਾਰ ਹੈ ਇਸਦੇ ਵਾਸਤੇ ਕਿ ਜਦੋਂ ਜਿਸ ਦਿਨ ਟੇਕ ਓਵਰ ਕੀਤਾ ਨਵੇਂ ਪ੍ਰਧਾਨ ਨੇ ਮੈਂ ਵਿਲਿੰਗਲੀ ਪ੍ਰਧਾਨਗੀ ਤੋਂ ਉਤਰਿਆ ਮੈਨੂੰ ਕੋਈ ਉਤਾਰਿਆ ਨਹੀਂ ਗਿਆ ਸੀ ਜੀ ਮੈਂ ਆਪ ਕਿਹਾ ਕਿ ਇੱਕ ਨਵਾਂ ਚਿਹਰਾ ਸਾਹਮਣੇ ਆਉਣਾ ਚਾਹੀਦਾ ਨਗਰ ਨਿਗਮ ਦਾ ਚੁਣਾਓ ਹੈ ਕਿ ਮੈਂ 6 ਸਾਲ ਹੋ ਗਏ ਤੁਸੀਂ ਕਿਸੇ ਨਵੇਂ ਚਿਹਰੇ ਨੂੰ ਬਣਾਓ ਮੈਂ ਆਪ ਪਵਨ ਬੰਸਲ ਜੀ ਨੂੰ ਜਾ ਕੇ ਗੱਲ ਕਹੀ ਸੀ ਮੈਂ ਕਿਹਾ ਮੈਂ ਰੈਜ਼ਿਗਨੇਸ਼ਨ ਕਹੋ ਤਾਂ ਮੈਂ ਰੈਜ਼ਿਗਨੇਸ਼ਨ ਦੇ ਦਿੰਦਾ ਅੱਜ ਹੀ ਤੁਸੀਂ ਮੇਰਾ ਐਕਸੈਪਟ ਕਰਾ ਕੇ ਨਵਾਂ ਪ੍ਰਧਾਨ ਬਣਾ ਦਿਉ ਮੈਨੂੰ ਮਲਾਲ ਤਾਂ ਹੁੰਦਾ ਇਸ ਗੱਲ ਦਾ ਕਿ ਜੇ ਮੈਂ ਆਪ ਵਿਲਿੰਗਲੀ ਨਾ ਉਤਰਿਆ ਹੁੰਦਾ ਮੈਂ ਕਹਿ ਕੇ ਉਤਰਿਆ ਔਰ ਮੈਨੂੰ ਚੇਂਜ ਕੀਤਾ ਗਿਆ ਮੈਨੂੰ ਬੜੀ ਖੁਸ਼ੀ ਮਹਿਸੂਸ ਹੋਈ ਮੈਂ ਥੋੜ੍ਹਾ ਰਿਲੈਕਸ ਵੀ ਹੋਇਆ ਕਿ ਚਲੋ ਮੈਂ ਆਪਣੀ ਜ਼ਿੰਮੇਵਾਰੀ ਨੂੰ ਪੂਰੀ ਤਰ੍ਹਾਂ ਨਾਲ ਨਿਭਾਇਆ ਚਾਹੇ ਮੈਨੂੰ ਕਿੰਨੀਆਂ ਵੀ ਲਾਠੀਆਂ ਖਾਣੀਆਂ ਪਈਆਂ ਕਿੰਨੀ ਵਾਰੀ ਪਾਣੀ ਦੀਆਂ ਪਛਾੜਾਂ ਖਾਣੀਆਂ ਪਈਆਂ ਗ੍ਰਿਫਤਾਰੀਆਂ ਦੇਣੀਆਂ ਪਈਆਂ ਮੇਰੇ ਸਾਥੀ ਕਾਂਗਰਸ ਦੇ ਵਿੱਚ ਜਿੰਨੇ ਸੀਗੇ ਸਭ ਨੇ ਮੇਰਾ ਭਰਪੂਰ ਸਾਥ ਦਿੱਤਾ ਅੱਜ ਮੈਂ ਉਹਨਾਂ ਦਾ ਤੁਹਾਡੇ ਚੈਨਲ ਦੇ ਰਾਹੀਂ ਥੈਂਕਸ ਵੀ ਕਰਨਾ ਚਾਹੂੰਗਾ ਕਿ ਉਹਨਾਂ ਨੇ ਪੂਰਾ ਮਿਹਨਤ ਦੇ ਨਾਲ ਮੇਰੇ ਨਾਲ ਕੰਮ ਕੀਤਾ ਹਰ ਇੱਕ ਨੇ ਹਰ ਇੱਕ ਕਾਂਗਰਸਮੈਨ ਨੇ ਅਤੇ ਉਹ ਅੱਜ ਉਹ ਵੀ ਲੋਕ ਜਿਹੜੇ ਆ ਬੜੇ ਨਿਰਾਸ਼ ਉਦਾਸ ਅਤੇ ਹਤਾਸ਼ ਹੈ ਕਿਉਂ ਹੈ 133 ਬੰਦਿਆਂ ਦੀ ਕਮੇਟੀ ਬਣਨ ਤੋਂ ਬਾਵਜੂਦ 40 ਬੰਦੇ ਰਿਜ਼ਾਈਨ ਕਰ ਚੁੱਕੇ ਆ ਹੁਣ ਤੱਕ ਜਿਹੜੇ ਪੁਰਾਣੇ ਜਿਨ੍ਹਾਂ ਨੂੰ ਨਹੀਂ ਐਡਜਸਟ ਕੀਤਾ ਗਿਆ ਆਉਣ ਵਾਲੇ ਦਿਨਾਂ ਦੇ ਵਿੱਚ ਉਹ ਫਿਰ ਹਿੱਸੋ ਲਿਸਟ ਬਹੁਤ ਲੰਬੀ ਹੋਣ ਜਾ ਰਹੀ ਹੈ ਔਰ ਜਿਹੜੀ ਕਾਂਗਰਸ ਹੈ ਚੰਡੀਗੜ੍ਹ 'ਚੋਂ ਧਰਾਤਲ ਤੋਂ ਖਤਮ ਹੋ ਜਾਏਗੀ ਮੈਂ ਤੁਹਾਨੂੰ ਦੱਸ ਦਿੰਦਾ ਜੀ ਅਤੇ ਜਿਸ ਦਿਨ ਪਹਿਲੇ ਦਿਨ ਹੀ ਟੇਕ ਓਵਰ ਕੀਤਾ ਉਸੇ ਦਿਨ ਮੇਰੀ ਜਦੋਂ ਲਾਈਵ ਸਪੀਚ ਚੱਲ ਰਹੀ ਸੀ ਫੇਸਬੁੱਕ 'ਤੇ ਸਾਰੇ ਜਰਨਲਿਸਟ ਦੇਖ ਰਹੇ ਸੀਗੇ ਕੋਈ ਆਪਣੇ ਆਪਣੇ ਚੈਨਲ ਦੇ ਰਾਹੀਂ ਉੱਥੇ ਬੈਠਾ ਦੇਖ ਰਿਹਾ ਸੀ ਕੋਈ ਜ਼ਰੂਰੀ ਨਹੀਂ ਕਿ ਹਰ ਇੱਕ ਹਾਜ਼ਰ ਹੋਏ ਉੱਤੇ ਜਰਨਲਿਸਟ ਅੱਜ ਕੱਲ੍ਹ ਫੇਸਬੁੱਕ 'ਤੇ ਜਦ ਲਾਈਵ ਆ ਰਿਹਾ ਤਾਂ ਦੇਖ ਲੈਂਦੇ ਆ ਤਾਂ ਉਹਨਾਂ ਨੇ ਕਿਹਾ ਜੀ ਤੁਹਾਡੀ ਆਵਾਜ਼ ਨੂੰ ਮਿਊਟ ਕਰਤਾ ਮੈਨੂੰ ਸਮਝ ਨਹੀਂ ਆਈ ਕਿ ਮੇਰੀ ਆਵਾਜ਼ ਨੂੰ ਕਿਉਂ ਮਿਊਟ ਕਰਤਾ ਗਿਆ ਉਦੋਂ ਨਹੀਂ ਉਹਨਾਂ ਦੇ ਮਨ ਦੇ ਵਿੱਚ ਕੋਈ ਨਾ ਕੋਈ ਪਾਪ ਸੀਗਾ ਔਰ ਮੈਂ ਜਦੋਂ ਸਵਾਲ ਕੀਤਾ ਤਾਂ ਪਹਿਲਾਂ ਮੈਨੂੰ ਟਾਲ ਮਟੋਲ ਕਰਨ ਦੀ ਕੋਸ਼ਿਸ਼ ਕੀਤੀ ਬਾਅਦ 'ਚ ਹੌਲੀ ਹੌਲੀ ਪਤਾ ਲੱਗ ਗਿਆ ਜੀ ਹਾਂ ਮੇਰੀ ਆਵਾਜ਼ ਨੂੰ ਜਾਣ ਬੁੱਝ ਕੇ ਮਿਊਟ ਕਰਵਾਇਆ ਗਿਆ ਕੀ ਡਰ ਸੀ ਮੇਰੇ ਕੋਲੋਂ ਜਿਸ ਪਾਰਟੀ 'ਚ ਮੈਂ 35 ਸਾਲ ਰਿਹਾ 30 ਸਾਲ ਪਵਨ ਬੰਸਲ ਨਾਲ ਮੈਂ ਰਾਜਨੀਤੀ ਕੀਤੀ ਹੈ
ठीक है ना, उन्हां दी सेवा कीती है पार्टी च, ठीक है, उन्हां दे वास्ते खड़े होए हैं हमेशा, तो उन्होंने की डर यह जहाँ पै गया सी या नवे प्रधान नू की यह जहाँ डर पै गया सी मेरे तो कि मेरी आवाज़ म्यूट करती गई। सो ये गल्लां नू लैके कितना कितने उन्होंने मन दे विच पहले दिन तो फर्क आ गया। 5.5 महीने दे विच मैनू किसी मीटिंग नहीं बुलाया गया, ना मैनू किसी प्रोग्राम से बुलाया गया, ना मैनू कोई मैसेज राही इनफॉर्म किया जाता सी। सिर्फ एक बार पहले मैसेज आया, वह भी ऑफिस सैकटरी तो, वह भी मैं क्या भी सुभाष चावला जी को कहना कि मैं उन्होंने आप हर एक फोन करता सी, आफ्टरऑल मैं फॉर्मर प्रेजिडेंट हाँ, जे एक फॉर्मर प्रेजिडेंट की इज्जत इन्नी क होगी तो एक आम वर्कर की तुहाडी की इज्जत होगी तुहाडे टेन्योर दे विच। मैं तो उन्होंने एक तरह नाल बड़े प्यार दे नाल हंबल तरीके दे नाल ये समझाने की कोशिश की, दसन की कोशिश की, अपनी गल रखने की कोशिश की, लेकिन वो कहते नहीं जी हूँ तो एक कंडीशन है तुहाडे ते लागू। मैं कहो कि कंडीशन लग गई मेरे से, मैं पार्टी चा मैं कोई तनखा तो लेंदा नहीं, मैं तो अपने जेब चो पैसे खर्च करके पार्टी को चलाया, मैं किस तो डोनेशन चंदा नहीं मंगता सी, जो कोई अपने आप विलिंगली दे गया तो दे गया कांग्रेस भवन के, मैं नहीं किस तो मंगया एक रुपया भी, तो मैं क्या इस करके मैं कंडीशन दसो। कहते पहले पवन बंसल जी के घर जाके आओ, मैं किस करके उत्थे हाजरी कहदे वास्ते भरनी मैं दस दो रीजन की है। कहते नहीं नहीं तुम्हें जाना पेगा तो पार्टी दी मीटिंगां ते प्रोग्रामां ते बुलाया जाऊगा। मैंने कहा पवन बंसल जी 30 साल तो मेरी राजनीति नूं जानदे, 35-34 साल मैं उन्होंने लाए है, वो मेरी वर्किंग नूं जानदे, मैं उन्होंने वर्किंग नूं जानना, ठीक है, साढ़े बड़े कॉर्डियल रिलेशन सी, कोई ऐसी गल नहीं है, कोई मतभेद वाली गल नहीं, आप मैं कह के उतरिया पार्टी प्रेजिडेंटशिप तो, मैं कहदे वास्ते जाना है, जे उन्होंने कितने मेरी जरूरत पेगी मैं फोन करेंगे, मैं उस टाइम हाजिर हो जाऊंगा उन्होंने को, लेकिन कहते नहीं जी ये तो कंडीशन पहली है। सो इस करके उन्होंने कंडीशनों के उपर अपने आत्म सम्मान को जो तुम खत्म करना है, जो अपनी तुम इन्ने साल की मेहनत को एक मिनट जीरो करना है कि पहले उत्थे हाजरी भरोगे तो तुम्हें बुलाया जाऊगा, नहीं तो नहीं बुलाया जाएगा। बड़ी दुख वाली गल सी मेरे वास्ते, इस करके 5.5 महीने तो मैं नहीं बुलाया गया। मैं लगातार प्रधान भी लैटर लिखे, सोनिया गांधी भी लैटर लिखे, राहुल गांधी भी लैटर लिखे, मैं उसकी अपना जोड़े साढ़े जनरल सिटी ऑर्गेनाइजेशन वेणुगोपाल जी ने लैटर लिखे, सारे उन्होंने लिखे, जिन्हें भी साढ़े बड़े लीडर से सारा मैं इनफॉर्म करने की हरीश रावत जी ने कोशिश की, जनरल सैकटरी इंचार्ज है, लेकिन कोई वह असर नहीं होया। लेकिन जब हम पार्टी तो मैं रेजिग्नेशन दिता तो फिर मैं फोन आने शुरू हो गए, फिर ठीक है फिर मना दी कोशिशा, लेकिन उस दे विच की होया, इन बिटवीन की होया कि एक मीटिंग हुई, एक लास्ट वीक की गल है, एक हफ्ता 10 दिन पहला की गल है, एक मीटिंग हुई, उस मीटिंग दे विच मेरे खिलाफ नारेबाजी कराई गई, वह भी पवन बंसल की हाजरी दे विच, वह भी सो कॉल्ड लीडर तो बुलवाया गया। सो कॉल्ड लीडर वो होंगे है जिहड़े एसी कमरिया दे विच बैठ के सिर्फ और सिर्फ गल्लां बनानियां जानते हैं, ना वो फील्ड च निकलते, ना वो कम करते, स्टेज पर जाके बैठ के भाषण देके आ जाते। वो सो कॉल्ड लीडर मेरे खिलाफ बोले, जिहड़े कि जिन्हां नूं मैं समझदा सी कि इन्हां नूं नहीं बोलना चाहिए सी, वो सीनियर लीडर सी पार्टी दे, लेकिन वो बोले कोई गल नहीं, मेरे खिलाफ़ नारेबाजी हुई। तुसीं सोचो कि जिस परिवार दे विच तुसीं 35 साल रहे हो, जिस घर दे विच तुसीं 35 साल रहे हो, तो उस जगह तो 6 साल एज ए प्रेजिडेंटशिप तुम उस कुर्सी पर बैठे रहे हो, उत्थे बैठ के तुहाडे खिलाफ़ नारेबाजी होगी तो तुहाडा की हाल होएगा। अगर मैं आवाज़ बुलंद की कि बीजेपी के लोगों को सीधे ऑफिस ब्यूरो बनाता गया, तो उत्थे क्या गया कि बीजेपी के ऑफिस ब्यूरो इस करके बनाते गए जी अपना, क्योंकि वह प्रदीप छाबड़ा की बेटी का एक्सीडेंट होया सीगा, है तो उन्होंने हवन किया, 12 काउंसलर आए थे। दसो मेरे बच्चे नू, मेरी बेटी नू, जिहड़ी बैड रिडन है, जिहड़ी अज भी 9 साल तो बैठते है, उन्हू विच लिया के क्या वह मीटिंग दे विच जिक्र करन दी लोड़ सीगी, क्या इह जिहियां चीज़ां मीटिंग लैना चाहिए है, किस चीज़ की मैनू मेरे नाल सिंपथी कर रहे थे, मेरे ते कटाक्ष कर रहे थे, जे परमात्मा ने कुछ किया है नैचुरल होया जो कुछ उहदे च किसी का कसूर नहीं मैं मानता, लेकिन घट्टो घट्ट मीटिंग दे विच इह जिहियां गल्लां नहीं होना चाहीदियां। उस तो बाद फिर मैं बहुत सख्त फैसला लैण लई मजबूर होया कि इस करके कि मैं पार्टी नू छड्डिया। मैं अरविंद केजरीवाल जी को मिलया दिल्ली जाके, दिल्ली जाने तो बाद जिहड़ा सीगा मैं जब उन्होंने सिंपलिसिटी देखी, उन्होंने रहन सहन का एक साधारण जहा घर इनोवा के उपर चलना, कोई मस्जिद कोई लैंड क्रूजर या पजैरो तो नहीं चलते मुख्यमंत्रियों की तरह, ठीक है। मैं देखे उतो के MLA जिन्हों को गनमैन भी नहीं है, मैं देखे उतो गोपाल राय जी वर्गे मंत्री जिहड़े नैनो कार ते आ रहे हैं सरकारी कारा होने के बावजूद, तो मैं उस पार्टी नाल प्रभावित होया कि वह विचारधारा भी उन्होंने उही देश के प्रति जनता के प्रति सेवा। यही गल्लां आम आदमी च थोड़े जाण लई थोड़ा मतलब कि कारण बणियां जां कोई होर भी कारण है आम आदमी पार्टी नहीं दा? कुछ नहीं, जो मैं परसनली हर्ट होया, जो मेरी जो बंदे का स्वाभिमान आत्म सम्मान मान सम्मान खत्म हो जाए जिस जगह पर, और एक दिन पहला उस मीटिंग फैसला कर लिया जाए उस मीटिंग के जी प्रदीप छाबड़ा ने छोगा नोटिस देकर पार्टी तो कढ़न की तैयारी करो, ये फैसला जी इन्होंने पवन बंसल की हाजिरी के होया, सुभाष चावला ने किया, होर ने किया,
क्या ये मैं उस तो बाद मेरा उत्थे रहना बनता सीगा, जरूरी तो नहीं कि मैनू कटते तो ता ही मैं निकलता, ये भी तो हो सकता है ना, मैं अपनी इज्जत नाल अपना निकल गया, ठीक है फैसला, मैं सख्त फैसला मैनू लैण लई मजबूर होना पिया। और हुण क्योंकि कांग्रेस जिहड़ी है धरातल तो खत्म हो रही है, 40 तो ज़्यादा बंदे पिछले 5-7 दिनों रिजाइन कर चुके हैं, कांग्रेस के जिहड़े ऑफिस बेरर मेरे नाल सीगे और रिजाइन कर चुके हैं, हुण प्रेजेंट चो भी करनगे और पुराने होर भी लीडर बहुत सारे तैयार है रिजाइन करने वास्ते। एक गिनती कितने तक जाएगी, जब तक नगर निगम चोणां आणगियां तद तक इन्हां नूं टिकट वास्ते भी बंदे लंबने पैणे हैं। केजरीवाल नाल जदों मुलाकात करदे हो उस तों बाद तुसीं बयान दित्ता कि मैं हुण एमसी दीआं चोणां नहीं लड़ांगा, ਤਾਂ ਮੰਨ ਲਿਆ ਜਾਵੇ ਕਿ ਪ੍ਰਦੀਪ ਜੀ ਆਉਣ ਵਾਲੇ ਸਮੇਂ ਦੇ ਵਿੱਚ MP ਦੀ ਚੋਣ ਲੜਨਗੇ? ਨਹੀਂ, ਮੇਰਾ ਕੋਈ ਇਹੋ ਜਿਹਾ ਟਾਰਗੇਟ ਨਹੀਂ ਹੈਗਾ, ਮੈਂ ਅਨਕੰਡੀਸ਼ਨਲੀ ਜੁਆਇਨ ਕੀਤਾ, ਕੋਈ ਮੈਂ ਕੰਡੀਸ਼ਨ ਲਾ ਕੇ ਜੁਆਇਨ ਨਹੀਂ ਕੀਤਾ ਪਾਰਟੀ ਨੂੰ, ਮੈਂ ਪਾਰਟੀ ਦੀ, ਮੈਂ ਬਹੁਤ ਕੁਛ ਮੈਨੂੰ ਰੱਬ ਨੇ ਦੇ ਦਿੱਤਾ, ਮੈਂ ਮੇਅਰ ਵੀ ਰਹਿ ਲਿਆ, ਮੈਂ ਪ੍ਰਧਾਨ ਵੀ ਰਹਿ ਲਿਆ, ਮੇਰੇ ਵਾਸਤੇ MP-ship ਕੋਈ ਐਡੀ ਮਾਇਨੇ ਨਹੀਂ ਰੱਖਦੀ। ਪਾਰਟੀ, ਆਮ ਆਦਮੀ ਪਾਰਟੀ ਸਰਵੇ ਕਰਾਏਗੀ, ਜਿਹੜਾ ਵੀ ਕੈਂਡੀਡੇਟ ਹੋਏਗਾ, ਕੋਈ ਕੈਂਡੀਡੇਟ ਪੈਰਾਸ਼ੂਟ ਰਾਹੀਂ ਨਹੀਂ ਆਏਗਾ, ਲੋਕਲ ਕੈਂਡੀਡੇਟ ਨੂੰ ਮੈਂਬਰ ਪਾਰਲੀਮੈਂਟ ਦਾ ਇਲੈਕਸ਼ਨ ਲੜਾਇਆ ਜਾਊਗਾ। ਹੁਣ 35 ਸੀਟਾਂ 'ਤੇ ਅਸੀਂ ਲੜਨ ਲਈ ਤਿਆਰ ਹਾਂ, ਸਾਡੇ ਖਿਲਾਫ਼ ਇੱਕ ਪ੍ਰੋਪਾਗੰਡਾ ਕੀਤਾ ਜਾ ਰਿਹਾ ਸੀ, ਆਮ ਆਦਮੀ ਪਾਰਟੀ ਦੇ ਖਿਲਾਫ਼ ਪਿਛਲੇ 6 ਮਹੀਨਿਆਂ ਤੋਂ ਇੱਕ ਪ੍ਰੋਪਾਗੰਡਾ ਸ਼ੁਰੂ ਹੋਇਆ ਸੀ ਕਿ ਜੀ ਇਹ ਕਨਫਿਊਜ਼ਨ ਹੈ, ਲੜਨਾ ਨਹੀਂ ਲੜਨਾ, ਲੜਨਾ ਨਹੀਂ ਲੜਨਾ, ਮੇ ਬੀ ਸੀਗੀ ਵੀ, ਲੇਕਿਨ ਹੁਣ 35 ਸੀਟਾਂ 'ਤੇ ਅਸੀਂ ਇਲੈਕਸ਼ਨ ਲੜਨ ਜਾ ਰਹੇ ਹਾਂ ਔਰ ਮੈਕਸੀਮਮ ਸੀਟਾਂ ਜਿੱਤ ਕੇ 5 ਸਾਲ ਆਮ ਆਦਮੀ ਪਾਰਟੀ ਦਾ ਮੇਅਰ ਬਣੇਗਾ। ਦਿੱਲੀ ਪੈਟਰਨ ਦੇ ਉੱਪਰ ਕੋਸ਼ਿਸ਼ ਕਰਾਂਗੇ, ਜਿੰਨੇ ਕੁ ਪਾਵਰ ਕਾਰਪੋਰੇਸ਼ਨ ਕੋਲ ਹੁੰਦੀਆਂ ਅਸੀਂ ਉਹਨਾਂ ਪਾਵਰਸ ਨੂੰ ਲੋਕਾਂ ਤੱਕ ਲੈ ਕੇ ਉਹਨਾਂ ਦੇ ਲੋਕਾਂ ਦੇ ਫਾਇਦੇ ਵਾਸਤੇ ਕਰੀਏ, ਟੈਕਸਿਸ ਨੂੰ ਘਟਾਈਏ, ਪਾਣੀ ਦੇ ਰੇਟ ਘਟਾਈਏ, ਜੋ ਵੀ ਜਿਸ ਤਰੀਕੇ ਨਾਲ ਫੈਸਲਾ ਹੋਊਗਾ ਉਸ ਤਰੀਕੇ ਦੇ ਨਾਲ ਅਸੀਂ ਪੂਰੀ ਕੋਸ਼ਿਸ਼ ਕਰਾਂਗੇ। ਅਰਵਿੰਦ ਕੇਜਰੀਵਾਲ ਜੀ ਦੀ ਰਹਿਨੁਮਾਈ ਦੇ ਵਿੱਚ ਸਾਡੇ ਇੰਚਾਰਜ ਸਰਦਾਰ ਜਰਨੈਲ ਸਿੰਘ ਜੀ, ਉਹ ਵੀ 3 ਵਾਰ MLA ਜਿੱਤੇ ਆ, ਕੇਜਰੀਵਾਲ ਜੀ ਵੀ 3 ਵਾਰ ਸਰਕਾਰ ਬਣਾਈ ਹੈ, ਤਾਂ ਉਹਨਾਂ ਕੋਲ ਇੱਕ ਤਜਰਬਾ ਵੀ ਹੈ, ਉਹਨਾਂ ਕੋਲ ਇੱਕ ਤਰੀਕਾ ਵੀ ਹੈ। ਮੰਨ ਲਿਆ ਜਾਵੇ ਜੇ ਤੁਹਾਨੂੰ ਪਾਰਟੀ ਕਹਿੰਦੀ ਆ ਵੀ ਤੁਸੀਂ MP ਦੀ ਚੋਣ ਲੜੋ ਅਤੇ ਤੁਸੀਂ ਲੜਦੇ ਹੋ, ਤਾਂ ਮੰਨ ਲਿਆ ਜਾਵੇ ਕਿ ਗੁਰੂ ਚੇਲੇ ਦੀ ਲੜਾਈ ਦੇਖਣ ਨੂੰ ਮਿਲੇਗੀ, ਤੁਸੀਂ ਪਵਨ ਬਾਂਸਲ ਹੋਰਾਂ ਨਾਲ ਰਹੇ ਹੋ, ਉਹਨਾਂ ਦੇ ਬਰਾਬਰ ਤੁਸੀਂ ਚੋਣ ਲੜੋਗੇ ਫਿਰ? ਗੁਰੂ ਕੌਣ ਜੀ, ਮੈਂ ਤਾਂ ਕਦੇ ਕਿਸੇ ਨੂੰ ਗੁਰੂ ਮੰਨਿਆ ਨਹੀਂ, ਮੈਂ ਤਾਂ ਆਪਣੇ ਮਾਂ ਬਾਪ ਨੂੰ ਗੁਰੂ ਮੰਨਣਾ ਆਪਣਾ ਜੀ, ਮੈਂ ਪਰਮਾਤਮਾ ਨੂੰ ਗੁਰੂ ਮੰਨਣਾ ਜਾਂ ਆਪਣੇ ਮਾਂ ਬਾਪ ਨੂੰ ਮੰਨਣਾ, ਰਾਜਨੀਤੀ 'ਚ ਮੇਰਾ ਕੋਈ ਗੁਰੂ ਨਹੀਂ ਹੈ ਜੀ। ਪਵਨ ਬਾਂਸਲ ਜੀ ਨੂੰ ਮੈਂ 1996 ਦੇ ਵਿੱਚ 91 ਦੇ ਵਿੱਚ ਮਿਲਿਆ ਸੀਗਾ, ਮੈਂ ਉਸ ਤੋਂ ਪਹਿਲਾਂ ਰਾਜਨੀਤੀ ਸੀਗਾ NSU ਦੇ ਵਿੱਚ, ਉਸ ਤੋਂ ਪਹਿਲਾਂ ਸਟੂਡੈਂਟ ਪੋਲੀਟਿਕਸ ਮੈਂ ਕਾਂਗਰਸ ਦੀ ਸ਼ੁਰੂ ਕੀਤੀ ਸੀ ਜੀ। ਇਸ ਕਰਕੇ ਮੇਰਾ ਗੁਰੂ ਮੇਰੇ ਮਾਂ ਬਾਪ ਹੈ, ਠੀਕ ਹੈ, ਪਹਿਲੀ ਗੱਲ। ਦੂਜੀ ਗੱਲ, ਪਾਰਟੀ ਬੜਾ ਸੋਚ ਸਮਝ ਕੇ ਆਦੇਸ਼ ਕਰਦੀ, ਪਾਰਟੀ ਨੂੰ ਇਹ ਕਿਹਾ ਜਾਊਗਾ ਕਿ ਸਰਵੇ ਕਰਾਓ, ਜਿੱਤਣ ਵਾਲੇ ਕੈਂਡੀਡੇਟ ਨੂੰ ਲੜਾਓ, ਪ੍ਰਦੀਪ ਛਾਬੜਾ ਨਹੀਂ, ਜੋ ਜਿੱਤਣ ਵਾਲਾ ਕੈਂਡੀਡੇਟ ਉਹਨੂੰ ਲੜਾਓ ਤੁਸੀਂ, ਅਸੀਂ ਤਾਂ ਇਸ ਗੱਲ ਵਾਸਤੇ ਤਿਆਰ ਹਾਂ, ਅਸੀਂ ਤਾਂ ਪਾਰਟੀ ਦੇ ਕੈਂਡੀਡੇਟ ਦੀ ਮਦਦ ਕਰਨੀ, ਅੱਜ ਤੱਕ ਕਰਦੇ ਆਏ ਹਾਂ, ਪਵਨ ਬਾਂਸਲ ਜੀ ਜਿੰਨੇ ਇਲੈਕਸ਼ਨ ਲੜੇ ਮਦਦ ਕਰਦੇ ਆਏ ਹਾਂ ਜੀ, ਜਾਂ ਦੱਸੋ ਕਾਰਪੋਰੇਸ਼ਨ ਨੇ ਜਿੰਨੇ ਕੌਂਸਲ ਲੜਦੇ ਆਏ ਆ ਉਹਨਾਂ ਦੀ ਮਦਦ ਕਰਦੇ ਆਏ ਹਾਂ, ਆਪ 3 ਵਾਰੀ ਇਲੈਕਸ਼ਨ ਲੜੇ ਹਾਂ, ਜਿੱਤੇ ਹਾਂ। ਇਸ ਕਰਕੇ ਇਹ ਗੱਲਾਂ ਜਿਹੜੀਆਂ ਹੈਗੀਆਂ ਇਹ ਬਹੁਤ ਦੂਰ ਦੀ ਹਲੇ ਸੋਚ ਹੈ, ਇਹਨਾਂ ਗੱਲਾਂ ਨੂੰ ਅੱਜ ਹੀ ਆਪਾਂ ਸੋਚ ਕੇ ਨਾ ਰੱਖੀਏ, ਜੇ ਗੱਲਾਂ ਸੋਚ ਕੇ ਲਾਲਚ ਲੈ ਕੇ ਮੰਨ ਚੱਲਾਂਗੇ, ਮੈਂ ਅਨਕੰਡੀਸ਼ਨਲ ਪਾਰਟੀ ਤੁਹਾਨੂੰ ਦੱਸਿਆ ਕਿ ਮੈਂ ਜੁਆਇਨ ਕੀਤੀ ਹੈ, ਇਹ ਲਈ ਇਹਨਾਂ ਗੱਲਾਂ ਦਾ ਆਪਾਂ ਲਾਲਚ ਕਰਕੇ ਚੱਲਾਂਗੇ ਤਾਂ ਸ਼ਾਇਦ ਪਾਰਟੀ ਨੂੰ ਖੜੇ ਨਹੀਂ ਕਰ ਪਾਵਾਂਗੇ। ਪ੍ਰਦੀਪ ਜੀ, ਜਾਂਦੇ ਜਾਂਦੇ ਆਖਰੀ ਸਵਾਲ, ਕੇਜਰੀਵਾਲ ਜੇ ਤੁਹਾਨੂੰ ਪਤਾ ਹੋਵੇ ਤਾਂ ਕਦੋਂ ਪੰਜਾਬ ਆ ਰਹੇ ਨੇ, ਕਦੋਂ ਤੁਸੀਂ ਆਪਣਾ ਜਿਹੜਾ ਸ਼ਕਤੀ ਪ੍ਰਦਰਸ਼ਨ ਆ ਉਹ ਕਰ ਰਹੇ ਹੋ? ਸ਼ਕਤੀ ਪ੍ਰਦਰਸ਼ਨ ਦੀ ਲੋੜ ਨਹੀਂ ਹੈ, ਪੰਜਾਬ ਦੇ ਵਿੱਚ ਮੇਰੀ ਡਿਊਟੀ ਚੰਡੀਗੜ੍ਹ ਦੇ ਇਲੈਕਸ਼ਨ ਤੋਂ ਬਾਅਦ ਲਗਾਈ ਜਾਊਗੀ ਅਤੇ ਪੰਜਾਬ ਦੇ ਵਿੱਚ ਉਹ ਰੈਗੂਲਰ ਹੁਣ ਆਉਣਗੇ ਅਗਲੇ ਦਿਨਾਂ ਦੇ ਵਿੱਚ, ਕੁਝ ਕੋਵਿਡ ਕਰਕੇ ਵੀ ਜਿਹੜੀਆਂ ਰੈਲੀਆਂ ਰੁਲੀਆਂ ਬੈਨ ਕੀਤੀਆਂ ਹੋਈਆਂ, ਤੁਹਾਨੂੰ ਪਤਾ ਹੈ ਪੋਲੀਟੀਕਲ ਰੈਲੀਜ਼ ਵੱਡੀਆਂ ਬੈਨ ਹੈਗੀਆਂ, ਸੋ ਇਸ ਕਰਕੇ ਕੇਜਰੀਵਾਲ ਜੀ ਜ਼ਰੂਰ ਆਉਣਗੇ, ਚੰਡੀਗੜ੍ਹ ਵੀ ਆਉਣਗੇ, ਪੰਜਾਬ ਵਿੱਚ ਵੀ ਜਾਣਗੇ ਔਰ ਨਗਰ ਨਿਗਮ ਦੇ ਚੁਣਾਵ ਦੇ ਵਿੱਚ ਦਿੱਲੀ ਤੋਂ ਜਿੰਨੀ ਵੀ ਟੀਮ ਹੋਏਗੀ ਉਹਨਾਂ ਦੀ ਆਏਗੀ ਔਰ ਸਾਰੇ ਦੇ ਸਾਰੇ ਕੈਂਡੀਡੇਟ ਸਰਵੇ ਦੇ ਨਾਲ ਸਿਲੈਕਟ ਕੀਤੇ ਜਾਣਗੇ, ਨਵੇਂ ਚਿਹਰੇ ਹੋਣ ਜਾਂ ਕੋਈ ਪੁਰਾਣੇ ਵਲੰਟੀਅਰ ਸਾਡੇ ਕੰਮ ਕਰ ਰਹੇ ਆ ਆਮ ਆਦਮੀ ਪਾਰਟੀ ਦੇ ਵਿੱਚ ਕਈ ਸਾਲਾਂ ਤੋਂ, ਸਭ ਨੂੰ ਬਰਾਬਰ ਦੇਖਿਆ ਜਾਊਗਾ। ਇਹ ਨਹੀਂ ਹੈ ਕਿ ਅੱਜ ਕੋਈ ਨਵੇਂ ਚਿਹਰੇ ਆ ਗਏ ਪ੍ਰਦੀਪ ਛਾਬੜਾ ਦੇ ਆਉਣ ਨਾਲ ਅਤੇ ਉਹਨਾਂ ਨੂੰ ਟਿਕਟ ਦੇਣੀ ਹੈ, ਮੇਰਾ ਕੋਈ ਨਹੀਂ ਹੈ, ਮੇਰੀ ਕੋਈ ਟਿਕਟ ਨਹੀਂ ਹੈ, ਮੇਰੀ ਕੋਈ ਕੰਡੀਸ਼ਨ ਨਹੀਂ ਹੈ, ਸਿਰਫ ਜਿਹੜਾ ਬੰਦਾ ਜਿੱਤਣ ਵਾਲਾ ਅਸੀਂ ਉਹਨੂੰ ਟਿਕਟ ਦੇਵਾਂਗੇ ਤਾਂ ਕਿ ਅਸੀਂ 5 ਸਾਲ ਮੇਅਰ ਬਣਾ ਕੇ ਚੰਡੀਗੜ੍ਹ ਦੀ ਜਨਤਾ ਨੂੰ ਇੱਕ ਬਦਲਾਅ ਦੀ ਰਾਜਨੀਤੀ ਦੇਈਏ। ਤੁਹਾਡਾ ਲੰਬਾ ਤਜਰਬਾ ਰਿਹਾ, ਤੁਹਾਨੂੰ ਲੱਗਦਾ ਕਿ ਜਿੱਦਾਂ ਦੇਸ਼ ਦੇ ਹਾਲਾਤ ਨੇ, ਸਟੇਟਾਂ ਦੇ ਹਾਲਾਤ ਨੇ, ਜਾਂ ਜਿਸ ਤਰ੍ਹਾਂ ਲੋਕ ਹੁਣ ਹੱਕਾਂ ਲਈ ਉੱਠੇ ਹੋਏ ਨੇ, ਜਿਹੜੇ ਰਾਜਨੀਤੀ ਦੇ ਸਮੀਕਰਨ ਨੇ ਉਹ ਬਦਲਣਗੇ? ਬਹੁਤ ਕੁਝ ਬਦਲਣ ਵਾਲਾ, ਮੈਂ ਦੱਸਿਆ ਦੇਸ਼ 'ਚ ਬਦਲਾਅ ਦੀ ਬੜੀ ਸਖ਼ਤ ਜ਼ਰੂਰਤ ਹੈ, ਲੋਕਾਂ ਨੇ ਕਾਂਗਰਸ ਨੂੰ ਦੇਖ ਲਿਆ, ਹੁਣ ਭਾਰਤੀ ਜਨਤਾ ਪਾਰਟੀ ਨੂੰ ਦੇਖ ਲਿਆ, ਕਿਸ ਤਰੀਕੇ ਦੇ ਨਾਲ ਮਹਿੰਗਾਈ, ਬੇਰੁਜ਼ਗਾਰੀ, ਹਰ ਇੱਕ ਚੀਜ਼, ਕਰਪਸ਼ਨ, ਬਹੁਤ ਵੱਡੇ ਮੁੱਦੇ ਨੇ ਦੇਸ਼ ਦੇ ਵਿੱਚ, ਅੱਜ ਦੇਸ਼ ਦਾ ਯੂਥ, ਕਿਉਂਕਿ ਸਾਡੇ ਦੇਸ਼ 65% ਤੋਂ ਜ਼ਿਆਦਾ ਯੂਥ ਹੈ, ਇਸ ਕਰਕੇ ਅੱਜ ਦਾ ਯੂਥ ਇਸ ਗੱਲ ਨੂੰ ਸਮਝਦਾ ਕਿ ਬਦਲਾਅ ਦੀ ਰਾਜਨੀਤੀ ਦੀ ਲੋੜ ਹੈ ਔਰ ਬਦਲਾਅ ਦੀ ਰਾਜਨੀਤੀ ਵਾਸਤੇ ਆਮ ਆਦਮੀ ਪਾਰਟੀ ਜਿਹੜੀ ਕਿ ਆਮ ਆਦਮੀ ਦੀ ਪਾਰਟੀ ਹੈ, ਠੀਕ ਹੈ ਨਾ, ਆਮ ਆਦਮੀ ਸੰਘਰਸ਼ ਕਰ ਰਿਹਾ ਇਹਦੇ ਵਾਸਤੇ, ਇਸ ਕਰਕੇ ਆਉਣ ਵਾਲਾ ਟਾਈਮ ਆਮ ਆਦਮੀ ਪਾਰਟੀ ਦਾ ਹੈ, ਅਰਵਿੰਦ ਕੇਜਰੀਵਾਲ ਜੀ ਦਾ, ਜਿਹੜੇ ਦੇਸ਼ ਨੂੰ
ਨਵੀਂ ਦਿਸ਼ਾ ਦੇ ਸਕਦੇ ਹੈ, ਜਿਹੜੇ ਦੇਸ਼ ਨੂੰ ਨਵੀਆਂ ਉਚਾਈਆਂ 'ਤੇ ਲਿਜਾ ਸਕਦੇ ਹੈ। ਤੁਸੀਂ ਆਪਣਾ ਬਹੁਤ ਕੀਮਤੀ ਸਮਾਂ ਪ੍ਰਵਾਸੀ ਟੀ ਵੀ ਦੇ ਲਈ ਦਿੱਤਾ, ਪ੍ਰਦੀਪ ਜੀ ਬਹੁਤ ਬਹੁਤ ਸ਼ੁਕਰੀਆ ਤੁਹਾਡਾ। ਤੁਹਾਡਾ ਵੀ ਬਹੁਤ ਬਹੁਤ ਜੀ। ਇਹ ਸੀਗੇ ਚੰਡੀਗੜ੍ਹ ਸਿਆਸਤ ਦਾ ਇੱਕ ਸਮੁੱਚਾ ਚਿਹਰਾ ਪ੍ਰਦੀਪ ਛਾਪੜਾ ਜੀ। ਬਹੁਤ ਸਾਰੀਆਂ ਗੱਲਾਂ ਬਾਤਾਂ ਉਹਨਾਂ ਨੇ ਕਹੀਆਂ ਕਿ ਉਹ ਬਹੁਤ ਜ਼ਿਆਦਾ ਪਿਛਲੇ ਮਹੀਨਿਆਂ ਤੋਂ ਹੀ ਕੁਛ ਮਹੀਨਿਆਂ ਤੋਂ ਹਰਟ ਹੋਏ ਸੀਗੇ, ਦਿਲ ਉਹਨਾਂ ਦਾ ਦੁਖਿਆ ਸੀਗਾ, ਕਾਂਗਰਸ ਪਾਰਟੀ ਵੱਲੋਂ ਦਿਲ ਦੁਖਾਇਆ ਗਿਆ ਸੀਗਾ, ਜਿਸ ਦੇ ਚੱਲਦਿਆਂ ਉਹਨਾਂ ਨੇ ਆਮ ਆਦਮੀ ਪਾਰਟੀ ਜੁਆਇਨ ਕੀਤੀ। ਪਰ ਆਮ ਆਦਮੀ ਪਾਰਟੀ ਜੁਆਇਨ ਕਰਨ ਦਾ ਜਿਹੜਾ ਇੱਕ ਕਾਰਨ ਸੀਗਾ, ਉਹਨਾਂ ਨੇ ਸਾਫ਼ ਸ਼ਬਦਾਂ 'ਚ ਦੱਸਿਆ ਕਿ ਉਹ ਆਮ ਆਦਮੀ ਦੀ ਪਾਰਟੀ ਆ, ਜਿੱਥੇ MLA ਵੀ ਜਿੱਥੇ MP ਵੀ ਸਰਕਾਰੀ ਗੱਡੀਆਂ ਛੱਡ ਕੇ ਆਪਣੇ ਨੈਨੂ ਕਾਰਾਂ ਦੇ ਵਿੱਚ ਆਉਂਦੇ ਨੇ, ਜਾਂ ਬੰਦਾ ਮੁੱਖ ਮੰਤਰੀ ਹੋ ਕੇ ਬਹੁਤ ਸਧਾਰਨ ਹਵਾਈ ਚੱਪਲ ਪਹਿਣਦਾ, ਕੁਛ ਪੈਸਿਆਂ ਵਾਲੀ। ਸੋ ਦੇਖਣਾ ਹੋਵੇਗਾ ਕਿ ਚੰਡੀਗੜ੍ਹ ਦੀ ਸਿਆਸਤ ਆ ਜਿਹੜੀ ਉਹ ਕੀ ਰੁੱਖ ਅਖਤਿਆਰ ਕਰਦੀ ਆ ਆਉਣ ਵਾਲੇ ਸਮੇਂ ਦੇ ਵਿੱਚ। ਸੋ ਬਾਕੀ ਖਬਰਾਂ ਦੇ ਲਈ ਜੁੜੇ ਰਹੋ ਪ੍ਰਵਾਸੀ TV ਦੇ ਨਾਲ। ਕੈਮਰਾਮੈਨ ਗੁਰਜੋਤ ਦੇ ਨਾਲ ਮੈਂ ਸਫ਼ਰ ਰੰਧਾਵਾ, ਚੰਡੀਗੜ੍ਹ।